ਕੈਨੇਡਾ ਦੇ ਵਿੱਚ ਫੈਡਰਲ ਕਾਮਯਾਦੀ ਹੜਤਾਲ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਿਛਲੇ ਕਈ ਦਿਨਾਂ ਤੋਂ ਫੈਡਰਲ ਵਰਕਰ ਆਪਣੇ ਦਫ਼ਤਰਾਂ ਤੇ ਪਾਰਲੀਮੈਂਟ ਸਾਹਮਣੇ ਧਰਨਾ ਪ੍ਰਦਰਸ਼ਨ ਕਰ ਚੁੱਕੇ ਨੇ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਅਤੇ ਟ੍ਰੈਜਰੀ ਬੋਰਡ ਦਰਮਿਆਨ ਅਸਥਾਈ ਸਮਝੌਤਾ ਹੋ ਗਿਆ ਜਿਸ ਦੇ ਨਾਲ 1 ਲੱਖ 20 ਹਜ਼ਾਰ ਫੈਡਰਲ ਵਰਕਰਾਂ ਦੀ ਹੜਤਾਲ ਖਤਮ ਹੋ ਗਈ ਹੈ ਜਿਸ ਦੇ ਬਾਅਦ ਹੁਣ ਕੈਨੇਡੀਅਨ ਰੈਵੈਨਿਊ ਏਜੰਸੀ ਦੇ 35 ਹਜ਼ਾਰ ਵਰਕਰਾਂ ਦੇ ਨਾਲ ਸਮਝੌਤਾ ਨੇਪਰੇ ਚਾੜਾਉਣ ਦੇ ਲਈ ਸਰਕਾਰ ਵੱਲੋਂ ਗੱਲਬਾਤ ਜਾਰੀ ਰੱਖੀ ਗਈ ਹੈ ਕਿਉਂਕਿ ਇਹਨਾਂ ਦੇ ਵੱਲੋਂ ਨੌਕਰੀ ਸੁਰੱਖਿਆ ਤੇ ਕੰਮ ਤੋਂ ਘਰ ਤੋਂ ਕੰਮ ਕਰਨ ਦੀ ਆਗਿਆ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ ਜਿਸ ਕਾਰਨ ਫਿਲਹਾਲ ਇਹਨਾਂ ਦੇ ਨਾਲ ਸਮਝੌਤਾ ਨੇਪਰੇ ਚੜਨ ਦੇ ਵਿੱਚ ਦਿੱਕਤਾਂ ਦਾ ਦਰਪੇਸ਼ ਆ ਰਹੀਆਂ ਨੇ ਦੱਸਦੀਏ ਕਿ ਕੈਨੇਡਾ ਪਰਦੇ ਵਿੱਚ ਫੈਡਰਲ ਵਰਕਰਾਂ ਦੇ ਵੱਲੋਂ 19 April ਨੂੰ ਕਈ ਗੇੜ ਦੀ ਗੱਲਬਾਤ ਫੇਲ ਹੋਣ ਤੋਂ ਬਾਅਦ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਵਿੱਚ 1,55,000 ਵਰਕਰਾਂ ਦੇ ਵੱਲੋਂ ਇਸ ਹੜਤਾਲ ਦੇ ਵਿੱਚ ਹਿੱਸਾ ਲਿਆ ਗਿਆ ਇਸ ਦੇ ਨਾਲ ਫੈਡਰਲ ਸਰਕਾਰ ਦੇ ਲਗਭਗ 20 ਵਿਭਾਗਾਂ ਦਾ ਮਕਾਜ ਪ੍ਰਭਾਵਿਤ ਹੋਇਆ ਇਸ ਹੜਤਾਲ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਇਤਿਹਾਸ ਹੜਤਾਲ ਜਿਹੜੀ ਮੰਨਿਆ ਜਾ ਰਿਹਾ ਹੈ ਇਸ ਹੜਤਾਲ ਦੇ ਦੌਰਾਨ ਕਈ ਅਹਿਮ ਸਰਕਾਰੀ ਸੇਵਾਵਾਂ ਜਿਵੇਂ ਕਿ ਪਾਸਪੋਰਟ ਅਰਜ਼ੀਆਂ ਇਮੀਗ੍ਰੇਸ਼ਨ ਅਰਜ਼ੀਆਂ ਅਤੇ ਨਵੀਂ এমਪਲॉयਮੈਂਟ ਇੰਸ਼ੋਰੈਂਸ ਪ੍ਰਭਾਵਿਤ ਹੋਈਆਂ ਸਨ ਫੈਡਰਲ ਸਰਕਾਰ ਤੇ ਇਸ ਤੋਂ ਇਲਾਵਾ ਹੋਰ ਦੋਵੇਂ ਗਰੁੱਪਾਂ ਦੇ ਦਰਮਿਆਨ ਗੱਲਬਾਤ 2021 ਦੇ ਵਿੱਚ ਸ਼ੁਰੂ ਹੋਈ ਸੀ ਪਰ ਮਈ 2022 ਦੇ ਵਿੱਚ ਯੂਨੀਅਨ ਨੇ ਗੱਲਬਾਤ ਸਿਰੇ ਨਾ ਚੜਨ ਦਾ ਐਲਾਨ ਕੀਤਾ ਸੀ ਤੇ ਦੋਵੇਂ ਧਿਰਾਂ ਨੇ ਲੇਬਰ ਸ਼ਿਕਾਇਤ ਦਾਇਰ ਕੀਤੀ ਸੀ ਆਪਣੀ ویب سائٹ ਤੇ ਇੱਕ ਬਿਆਨ ਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਸਥਾਈ ਸਮਝੌਤੇ ਵਿੱਚ 4 ਸਾਲਾਂ ਦੇ ਵਿੱਚ 12.6 ਫੀਸਦੀ ਦਾ ਵੇਜ ਵਾਅਦਾ ਅਤੇ ਇੱਕ ਵਾਰ ਦੇ ਲਈ 25000 ਡਾਲਰ ਪੈਨਸ਼ਨ ਯੋਗ ਭੁਗਤਾਨ ਸ਼ਾਮਿਲ ਹੈ ਇਸ ਤੋਂ ਇਲਾਵਾ ਮੈਨੇਜਰਾਂ ਨੂੰ ਰਿਮੋਟ ਵਰਕ ਯਾਨੀ ਘਰੋਂ ਕੰਮ ਕਰਨ ਦੀਆਂ ਬੇਨਤੀਆਂ ਬਾਬਤ ਵਰਕਰਾਂ ਦੇ ਸਮੂਹ ਦੀ ਬਜਾਏ ਵਿਅਕਤੀਗਤ ਤੌਰ ਤੇ ਵਰਕਰਾਂ ਦੀ ਬੇਨਤੀ ਦਾ ਮੁਲਾਂਕਣ ਕਰਨ ਦੀ ਲੋੜ ਹੋਵੇਗੀ ਨਾਲ ਹੀ ਲਿਖਤ ਦੇ ਵਿੱਚ ਜਵਾਬ ਦੇਣਾ ਹੋਵੇਗਾ ਤਾਂ ਕਿ ਨਿਰਪੱਖ ਫੈਸਲੇ ਅਤੇ ਬਰਾਬਰਤਾ ਨੂੰ ਲੈ ਕੇ ਨੌਕਰੀਦਾਤਾ ਤੇ ਵਰਕਰ ਦੋਵਾਂ ਦੀ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ ਨੌਕਰੀ ਤੋਂ ਛਾਂਟੀ ਦੇ ਮਾਮਲੇ ਦੇ ਵਿੱਚ ਸੀਨੀਅਰਿਟੀ ਅਧਿਕਾਰਾਂ ਨੂੰ ਲੈ ਕੇ ਯੂਨੀਅਨ ਅਤੇ ਸਰਕਾਰ ਪਬਲਿਕ ਸਰਵਿਸ ਕਮਿਸ਼ਨ ਆਫ ਕੈਨੇਡਾ ਨੂੰ ਇੱਕ ਸਾਂਝਾ ਪ੍ਰਸਤਾਵ ਪੇਸ਼ ਕਰਨਗੇ ਯੂਨੀਅਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੂਰੀ ਵਿਆਖਿਆ ਤੋਂ ਬਾਅਦ ਜਲਦੀ ਹੀ ਆਨਲਾਈਨ ਪ੍ਰਵਾਨਗੀ ਵੋਟਾਂ ਕਰਵਾਈਆਂ ਜਾਣਗੀਆਂ ਤੇ ਸਮਝੌਤੇ ਦੀ ਕਾਪੀ ਪ੍ਰਦਾਨ ਕੀਤੀ ਜਾਏਗੀ ਟ੍ਰੈਜਰੀ ਬੋਰਡ ਨੇ ਸਥਾਈ ਸਮਝੌਤੇ ਦੀ ਪੁਸ਼ਟੀ ਕੀਤੀ ਜਿਸ ਦੇ ਵਿੱਚ ਪਰਿਵਾਰਕ ਸਬੰਧੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਲਈ ਤਨਖਾਹਾਂ ਦੇ ਨਾਲ ਛੁੱਟੀ ਦਾ ਪ੍ਰਬੰਧ ਅਤੇ ਮੂਲ ਨਿਵਾਸੀ ਵਰਕਰਾਂ ਦੇ ਲਈ ਰਵਾਇਤੀ ਅਭਿਆਸਾਂ ਦੇ ਵਿੱਚ ਹਿੱਸਾ ਲੈਣ ਲਈ ਨਵੀਂ ਪੇੜ ਛੁੱਟੀ ਸ਼ਾਮਿਲ ਹੈ ਸਰੀ ਆਰਸੀਐਮਪੀ ਐਤਵਾਰ ਨੂੰ ਸ਼ਹਿਰ ਦੇ ਵੈਲੀ ਇਲਾਕੇ ਦੇ ਵਿੱਚ ਹੋਈਆਂ ਹਿੰਸਕ ਲੜੀਵਾਰ ਘਟਨਾਵਾਂ ਦੀ ਜਾਂਚ ਕਰ ਰਹੀ ਹੈ ਮਾਊਂਟਿਸ ਦਾ ਕਹਿਣਾ ਹੈ ਕਿ ਸ਼ਾਮ 6 ਵਜੇ ਤੋਂ ਠੀਕ ਪਹਿਲਾਂ ਅਫਸਰਾਂ ਨੇ ਕਿੰਗ ਜਾਰਜ ਤੇ ਬੈਂਟਲੇ ਰੋਡ ਦੇ ਨੇੜੇ ਚਾਕੂ ਮਾਰਨ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ ਇੱਕ 24 ਸਾਲਾ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਜਿਸ ਦੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਣਲੇਵਾ ਸੱਟਾਂ ਸਨ ਹਾਲਾਂਕਿ ਉਹ ਉਦੋਂ ਤੋਂ ਸਥਿਰ ਹੋ ਗਏ ਮਾਉਂਟਿਸ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ੁਰੂਆਤੀ ਜਾਂਚ ਦੇ ਆਧਾਰ ਤੇ ਬਹੁਤ ਸਾਰੇ ਵਿਅਕਤੀ ਇੱਕ ਟੈਕਸੀ ਜੇ ਵਿੱਚ ਜਿਨ੍ਹਾਂ ਨੇ ਫਿਰ ਤੋਂ ਪੀੜਾ ਦਾ ਸਾਹਮਣਾ ਕੀਤਾ ਜਿਸ ਨੂੰ ਬਾਅਦ ਦੇ ਵਿੱਚ ਆਕੂ ਮਾਰਿਆ ਗਿਆ ਹਾਲਾਂਕਿ ਇਸ ਘਟਨਾ ਦਾ ਮਕਸਦ ਅਣਜਾਣ ਹੈ ਪਰ ਅਜੇ ਹਾਲ ਲੱਗਦਾ ਹੈ ਕਿ ਪੀੜਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਇਸ ਤੋਂ ਪਹਿਲਾਂ 2 ਹਫ਼ਤੇ ਪਹਿਲਾਂ 15 ਅਪ੍ਰੈਲ ਸਰੀਰਾਹੀ ਯਾਤਰਾ ਕਰ ਰਿਹਾ ਇੱਕ ਸਕਾਈ ਟ੍ਰੇਨ ਦੇ ਇਕ ਘਟਨਾ 'ਚ ਚਾਕੂ ਹੀ ਮਾਰਿਆ ਗਿਆ ਸੀ ਲਗਭਗ 2 ਘੰਟੇ ਬਾਅਦ ਨੂੰ ਜਿਹੜੀ ਹੈ ਉਹ ਚੱਕ ਵੈਲੀ ਰਿਕਰੀਏਸ਼ਨ ਸੈਂਟਰ ਦੇ ਨੇੜੇ ਸਿਟੀ ਪਾਰਕਵੇ ਤੇ ਰਿਹਾਇਸ਼ੀ ਡਰਾਈਵਵੇ ਦੇ ਵਿੱਚ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ ਸਰੀ ਆਰਸੀਐਮਪੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਆਦਮੀਆਂ ਨੂੰ ਇਲਾਕੇ ਤੋਂ ਪੇਸ਼ ਜਾਂਦੇ ਹੋਏ ਦੇਖਿਆ ਗਿਆ ਸੀ ਪਰ ਪੁਲਿਸ ਨੇ ਉਹਨਾਂ ਨੂੰ ਨਹੀਂ ਲੱਭਿਆ ਗੋਲੀਬਾਰੀ ਦਾ ਮਕਸਦ ਪਤਾ ਨਹੀਂ ਲੱਗ ਸਕਿਆ ਜਾਂਚ ਫਿਲਹਾਲ ਮਾਮਲੇ ਦੀ ਚੱਲ ਰਹੀ ਹੈ ਕਿਸੇ ਵੀ ਘਟਨਾ ਦੀ ਬੀਸੀ ਗੈਂਗ ਹਿੰਸਾ ਨਾਲ ਕੋਈ ਸਬੰਧ ਫਿਲਹਾਲ ਨਹੀਂ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ